ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਏ ਅੱਜ ਤੁਹਾਡੇ ਲਈ ਵੈਰੀ 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 ਇੰਪੋਰਟੈਂਟ ਵੀਡੀਓ ਹੈਗੀ ਸੋ ਦੋਸਤੋ ਜੀਕੇ ਦੇ ਨਾਲ ਸੰਬੰਧਿਤ ਵੀਡੀਓ ਆਪਣੀ ਅੱਜ ਦੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ ਅਲੱਗ-ਅਲੱਗ ਦੇਸ਼ਾਂ ਨੂੰ ਕਿਹੜੀ ਚੀਜ਼ ਦੇ ਨਾਲ ਉਹ ਮਸ਼ਹੂਰ ਨੇ ਕਿਹੜੀ ਚੀਜ਼ ਦੇ ਨਾਂ ਨਾਲ ਸੰਬੋਧਿਤ ਕਰਕੇ ਬੁਲਾਇਆ ਜਾਂਦਾ ਆਪਣੀ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਨੇ ਸੋ ਆਪਾਂ 15 16 ਮਸ਼ਹੂਰ ਇੰਪੋਰਟੈਂਟ ਉਹ ਦੇਸ਼ ਉਹ ਪ੍ਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ ਨੇ ਸੋ ਜਿਵੇਂ ਆਪਣਾ ਭਾਰਤ ਹੈ ਇੱਥੇ ਜ਼ਿਆਦਾ ਧਰਮ ਨੇ ਧਰਮ ਦਾ ਦੇਸ਼ ਧਰਮਾਂ ਦਾ ਦੇਸ਼ ਜ਼ਿਆਦਾ ਧਰਮਾਂ ਦਾ ਦੇਸ਼ ਮੰਨਿਆ ਜਾਂਦਾ ਸੋ ਐਸੀ ਤਰ੍ਹਾਂ ਹੀ ਵੱਖ-ਵੱਖ ਦੇਸ਼ ਨੇਗੇ ਜਿਹੜੇ ਵੱਖ-ਵੱਖ ਚੀਜ਼ ਤੋਂ ਸੰਬੋਧਿਤ ਹੁੰਦੇ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੀ ਜਾਣਕਾਰੀ ਚ ਬੜਾ ਵਾਧਾ ਹੋਣਾ ਹੈ ਤੁਹਾਡੇ ਲਈ ਇੰਟਰਸਟਿੰਗ ਹੋਣ ਵਾਲੀ ਵੀਡੀਓ ਹੈ ਤੁਹਾਨੂੰ ਖੁਸ਼ੀ ਹੋਊਗੀ ਵੀਡੀਓ ਦੇਖ ਕੇ ਸੁਣ ਕੇ ਕਿਉਂਕਿ ਬਹੁਤ ਸਾਰੇ ਦੇਸ਼ਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਤੁਹਾਨੂੰ ਆਪਣੇ ਆਪ 'ਚ ਇਹ ਖੁਸ਼ੀ ਮਹਿਸੂਸ ਹੋਊਗੀ ਜਦੋਂ ਤੁਸੀਂ ਜਾਣੋਗੇ ਵੀ ਕਿਹੜੇ ਦੇਸ਼ ਨੂੰ ਕਿਹੜੀ ਚੀਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਵੀਡੀਓ ਨੂੰ ਅਖੀਰ ਤੱਕ ਬਣੇ ਰਹੋ ਵੀਡੀਓ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਸ਼ੁਰੂ ਕਰਦੇ ਆ ਪਹਿਲਾ ਪ੍ਰਸ਼ਨ ਨਦੀਆਂ ਦਾ ਦੇਸ਼ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਵੈਰੀ ਇੰਪੋਰਟੈਂਟ ਹੈ ਜੀ ਕਿਹੜਾ ਦੇਸ਼ ਹੈ ਜਿਹੜੇ ਦੇਸ਼ ਨੂੰ ਇਹ ਕਹਿ ਕੇ ਬੁਲਾਇਆ ਜਾਂਦਾ ਵੀ ਇਹ ਨਦੀਆਂ ਦਾ ਦੇਸ਼ ਹੈ ਅਮਰੀਕਾ ਬ੍ਰਾਜ਼ੀਲ ਪਾਕਿਸਤਾਨ ਹੌਲੈਂਡ ਸੋ ਬ੍ਰਾਜ਼ੀਲ ਨੂੰ ਬੁਣਾਇਆ ਕਿਹਾ ਜਾਂਦਾ ਜੀ ਬ੍ਰਾਜ਼ੀਲ ਹੈ ਜਿਹੜਾ ਉਹ ਨਦੀਆਂ ਦਾ ਦੇਸ਼ ਹੈ ਵੱਧ ਨਦੀਆਂ ਲੱਗੀਆਂ ਉੱਥੇ ਸੋ ਬ੍ਰਾਜ਼ੀਲ ਨੂੰ ਇਹ ਕਹਿ ਕੇ ਪੁਕਾਰਿਆ ਜਾਂਦਾ ਵੀ ਨਦੀਆਂ ਦਾ ਦੇਸ਼ ਹੈ ਜਿਹੜਾ ਉਹ ਬ੍ਰਾਜ਼ੀਲ ਹੈਗਾ 2 ਨੰਬਰ ਦੇਖਦੇ ਆ ਨਹਿਰਾਂ ਦਾ ਦੇਸ਼ ਕਿਸ ਦੇਸ਼ ਨੂੰ ਕਿਹਾ ਜਾਂਦਾ ਜੀ ਵੈਰੀ ਇੰਪੋਰਟੈਂਟ ਹੈ ਨਹਿਰਾਂ ਦਾ ਦੇਸ਼ ਪੁੱਛਿਆ ਸ Sudan ਭਾਰਤ ਨੇਪਾਲ ਪਾਕਿਸਤਾਨ ਸੋ ਆਪਸ਼ਨ ਨੰਬਰ ਸ ਸਹੀ ਹੈ ਜੀ ਪਾਕਿਸਤਾਨ ਆ ਜਿਹੜਾ ਉਹਨੂੰ ਨਹਿਰਾਂ ਦਾ ਦੇਸ਼ ਕਿਹਾ ਜਾਂਦਾ ਸੋ ਕਈ ਵਾਰ ਸਾਡੇ ਇਹ ਦਿਮਾਗ 'ਚ ਗੱਲਾਂ ਨਹੀਂ ਹੁੰਦੀਆਂ ਸਾਨੂੰ ਅੱਜ ਪਤਾ ਲੱਗੂਗਾ ਇਸ ਵੀਡੀਓ ਰਾਹੀਂ ਵੀ ਕਿਹੜੇ ਦੇਸ਼ ਦੀ ਕਿੰਨੀ ਵੈਲਿਊ ਕਿਹੜੀ ਗੱਲ ਦੇ ਨਾਲ ਹੈਗੀ ਸੋ ਨਹਿਰਾਂ ਦਾ ਦੇਸ਼ ਪਾਕਿਸਤਾਨ ਤਿੰਨ ਨੰਬਰ ਦੇਖਦੇ ਆ ਯੂਰਪ ਦਾ ਰੋਗੀ ਕਿਸ ਦੇਸ਼ ਨੂੰ ਕਿਹਾ ਜਾਂਦਾ ਵੈਰੀ ਇੰਪੋਰਟੈਂਟ ਆ ਜੀ ਬਹੁਤ ਵਾਰ ਪੇਪਰਾਂ ਚ ਆਇਆ ਹੋਇਆ ਕੋਈ ਵੀ ਪ੍ਰਸ਼ਨ ਦੇ ਪੇਪਰ ਚੱਕ ਕੇ ਦੇਖ ਲਓ ਤੁਸੀਂ ਲਗਭਗ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਸ਼ਨ ਜਿਹੜਾ ਉਹ ਜ਼ਰੂਰ ਮਿਲੂਗਾ ਯੂਰਪ ਦਾ ਰੋਗੀ ਕਿਸ ਦੇਸ਼ ਨੂੰ ਕਿਹਾ ਜਾਂਦਾ ਤੁਰਕੀ ਨੂੰ ਬੰਗਲਾਦੇਸ਼ ਨੂੰ ਬ੍ਰਾਜ਼ੀਲ ਨੂੰ ਥਾਈਲੈਂਡ ਨੂੰ ਸੋ ਇਹ ਤੁਰਕੀ ਨੂੰ ਕਿਹਾ ਜਾਂਦਾ ਜੀ অপਸ਼ਨ ਨੰਬਰ ਊੜਾ ਸਹੀ ਆ ਦੋਸਤੋ ਯੂਰਪ ਦਾ ਰੋਗੀ ਤੁਰਕੀ ਨੂੰ ਕਿਹਾ ਜਾਂਦਾ 4 ਨੰਬਰ ਦੇਖਦੇ ਆਂ ਚੜਦੇ ਸੂਰਜ ਦਾ ਦੇਸ਼ ਕਿਹੜਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਵੈਰੀ ਇੰਪੋਰਟੈਂਟ ਹੈ ਨੋਟਸ ਤਿਆਰ ਕਰ ਲਿਓ ਇਹਦਾ ਤਾਂ ਤੁਸੀਂ ਚੜਦੇ ਸੂਰਜ ਦਾ ਦੇਸ਼ ਪਹਿਲਾਂ ਤੁਹਾਨੂੰ ਆਪਾਂ ਦੱਸਦੀ ਵੀ ਚੜਦੇ ਸੂਰਜ ਦਾ ਰਾਜ ਪੁੱਛ ਲੈਣ ਨਾ ਜੇਕਰ ਭਾਰਤ ਦੇ ਵਿੱਚ ਭਾਰਤ ਦੇ ਵਿੱਚ 28 ਰਾਜ ਨੇ ਜੇਕਰ ਪੁੱਛ ਲੈਣ ਵੀ ਚੜਦੇ ਸੂਰਜ ਦਾ ਰਾਜ ਉਹ ਕਿਹੜਾ ਹੈ ਤਾਂ ਅਰੁਣਾਚਲ ਪ੍ਰਦੇਸ਼ ਹੈ ਨੋਟ ਕਰ ਲਿਓ ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਤਲਬ ਸੂਰਜ ਸਾਰੇ ਰਾਜਾਂ ਤੋਂ ਪਹਿਲਾਂ ਛੜ ਜਾਂਦਾ ਹੁਣ ਇੱਥੇ ਪੁੱਛਿਆ ਗਿਆ ਚੜਦੇ ਸੂਰਜ ਦਾ ਦੇਸ਼ ਭਾਰਤ ਕਿਊਬਾ ਬੈਲਜੀਅਮ ਜਾਂ ਜਾਪਾਨ ਸੋ ਦੋਸਤੋ ਇਹ ਜਾਪਾਨ ਹੈ ਬਹੁਤ ਵਾਰ ਪੁੱਛਿਆ ਗਿਆ ਪੇਪਰਾਂ ਚ ਜਾਪਾਨ ਮਤਲਬ ਯਾਦ ਰੱਖਿਓ ਚੜਦੇ ਸੂਰਜ ਦਾ ਦੇਸ਼ 5 ਨੰਬਰ ਦੇਖਦੇ ਆਂ ਸਿੱਪ ਦੇ ਸੂਰਜ ਦਾ ਦੇਸ਼ ਮਿਸਰ ਕੋਰੀਆ ਪਾਕਿਸਤਾਨ ਇੰਗਲੈਂਡ ਸੋ ਆਪਸ਼ਨ ਨੰਬਰ ਸ ਸਹੀ ਹੈ ਇੰਗਲੈਂਡ ਨੂੰ ਸਿੱਪ ਦੇ ਸੂਰਜ ਦਾ ਦੇਸ਼ ਕਿਹਾ ਜਾਂਦਾ ਹੈ ਇੰਗਲੈਂਡ 6 ਨੰਬਰ ਦੇਖਦੇ ਆਂ ਜੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੋਸਤੋ ਬਹੁਤ ਵਾਰ ਪੁੱਛਿਆ ਗਿਆ ਪੇਪਰਾਂ 'ਚ ਸਫੇਦ ਹਾਥੀਆਂ ਦਾ ਦੇਸ਼ ਕਿਹੜਾ ਮੰਨਿਆ ਜਾਂਦਾ ਜਿੱਥੇ ਚਿੱਟੇ ਰੰਗ ਦੇ ਹਾਥੀ ਪਾਏ ਜਾਂਦੇ ਨੇ ਇਸ ਦੇਸ਼ ਦੇ ਨਾ ਜੇਕਰ ਫਿਲਮਾਂ ਦੇਖਣ ਲੱਗ ਜੋਂ ਫਿਲਮਾਂ 'ਚ ਵੀ ਹਾਥੀਆਂ ਦੀ ਸੀਨ ਬਹੁਤ ਜ਼ਿਆਦਾ ਹੁੰਦੇ ਨੇ ਸਫੇਦ ਹਾਥੀਆਂ ਦਾ ਦੇਸ਼ ਕਿਹੜਾ ਮੰਨਿਆ ਜਾਂਦਾ ਮਿਸਰ ਆਸਟ੍ਰੇਲੀਆ ਥਾਈਲੈਂਡ ਕਿਊਬਾ ਸੋ ਥਾਈਲੈਂਡ ਨੂੰ ਮੰਨਿਆ ਜਾਂਦਾ ਜੀ অপਸ਼ਨ ਨੰਬਰ ਈ ਡੀ ਸਹੀ ਹੈ ਬਹੁਤ ਹਾਥੀ ਜਿਹੜੇ ਨੇ ਵੱਧ ਗਿਣਤੀ 'ਚ ਹਾਥੀ ਨੇ ਉਹ ਵੀ ਥਾਈਲੈਂਡ ਦੇ ਵਿੱਚ ਨੇ ਤੇ ਸਫੇਦ ਹਾਥੀਆਂ ਦਾ ਦੇਸ਼ ਆ ਜਿਹੜਾ ਉਹ ਵੀ ਥਾਈਲੈਂਡ ਆ ਜੀ 7 ਨੰਬਰ ਦੇਖਦੇ ਆ ਜੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਖੰਡ ਦਾ ਕਟੋਰਾ ਖੰਡ ਦਾ ਕਟੋਰਾ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ਕਿਊਬਾ ਨੂੰ ਸਿੰਗਾਪੁਰ ਨੂੰ ਇਟਲੀ ਜਾਂ ਬੈਲਜੀਅਮ ਸੋ ਦੋਸਤੋ ਆਪਸ਼ਨ ਨੰਬਰ ਊੜਾ ਸਹੀ ਹੈ ਖੰਡ ਦਾ ਕਟੋਰਾ ਕਿਊਬਾ ਨੂੰ ਕਿਹਾ ਜਾਂਦਾ ਹੈ ਇਹ ਮੇਰੇ ਖਿਆਲ ਵਿੱਚ 10ਵੀਂ ਦੇ ਸਿਲੇਬਸ ਦੇ ਵਿੱਚ ਵੀ ਪ੍ਰਸ਼ਨ ਹੈਗਾ ਸ਼ਾਇਦ ਕਿਊਬਾ ਖੰਡ ਦਾ ਕਟੋਰਾ ਜਿਹੜਾ ਕਿਊਬਾ ਨੂੰ ਮੰਨਿਆ ਜਾਂਦਾ ਹੈ 8 ਨੰਬਰ ਪ੍ਰਸ਼ਨ ਦੋਸਤੋ ਯੂਰਪ ਦਾ ਖੇਡ ਦਾ ਮੈਦਾਨ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ ਯੂਰਪ ਦਾ ਖੇਡ ਦਾ ਮੈਦਾਨ ਫਿਨਲੈਂਡ ਨੂੰ শ্রীলੰਕਾ ਨੂੰ ਇੰਗਲੈਂਡ ਜਾਂ ਸਵਿਟਜ਼ਰਲੈਂਡ ਸੋ ਆਪਸ਼ਨ ਨੰਬਰ ਸ ਸਹੀ ਹੈ ਜੀ ਸਵਿਟਜ਼ਰਲੈਂਡ ਨੂੰ ਯੂਰਪ ਦਾ ਖੇਡ ਦਾ ਮੈਦਾਨ ਮੰਨਿਆ ਜਾਂਦਾ ਹੈ ਸੋ ਇੱਥੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਸਭ ਤੋਂ ਸੋਹਣਾ ਦੇਸ਼ ਵੀ ਹੈ ਜਿਹੜਾ ਸਵਿਟਜ਼ਰਲੈਂਡ ਹੈ ਉਹ ਸੂਰਤੀ ਜਿਹੜੀ ਹੈ ਨਾ ਉਹ ਸਵਿਟਜ਼ਰਲੈਂਡ ਦੇ ਵਿੱਚ ਵੱਧ ਹੈਗੀ ਯੂਰਪ ਦੇ ਖੇਡ ਦੇ ਮੈਦਾਨ ਦੇ ਤੌਰ ਤੇ ਯੂਰਪ ਦੇ ਵਿੱਚ ਜਿਹੜਾ ਨਾ ਮਤਲਬ ਮੈਦਾਨੀ ਏਰੀਆ ਕਹਿ ਸਕਦੇ ਆ ਸੋ ਤਾਂ ਇਹਨੂੰ ਸੰਬੋਧਿਤ ਕਰਿਆ ਗਿਆ ਵੀ ਯੂਰਪ ਦਾ ਖੇਡ ਦਾ ਮੈਦਾਨ ਆ ਨੌ ਨੰਬਰ ਦੇਖਦੇ ਆ ਜੀ ਦੱਖਣ ਦਾ ਬਰਟੇਨ ਕਿਸ ਨੂੰ ਕਿਹਾ ਗਿਆ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਦੱਖਣ ਦਾ ਬਰਟੇਨ ਕਿਸ ਦੇਸ਼ ਨੂੰ ਕਿਹਾ ਗਿਆ ਨਿਊਜ਼ੀਲੈਂਡ ਨੂੰ ਮਿਸਰ ਨੂੰ ਭਾਰਤ ਨੂੰ ਆਸਟ੍ਰੇਲੀਆ ਨੂੰ ਸੋ অপਸ਼ਨ ਨੰਬਰ ਊੜਾ ਸਹੀ ਹੈਗਾ ਨਿਊਜ਼ੀਲੈਂਡ ਨੂੰ ਕਿਹਾ ਗਿਆ ਜੀ ਨਿਊਜ਼ੀਲੈਂਡ ਨੂੰ ਦੱਖਣ ਦਾ ਬ੍ਰਿਟੇਨ 10 ਨੰਬਰ ਦੇਖਦੇ ਆਂ ਦੋਸਤੋ ਸੱਪਾਂ ਦਾ ਦੇਸ਼ ਕਿਸ ਦੇਸ਼ ਨੂੰ ਕਿਹਾ ਜਾਂਦਾ ਨਾਰਵੇ ਨੂੰ শ্রীলੰਕਾ ਨੂੰ ਬ੍ਰਾਜ਼ੀਲ ਜਾਂ ਨੇਪਾਲ ਸੋ ਦੋਸਤੋ ਬ੍ਰਾਜ਼ੀਲ ਬ੍ਰਾਜ਼ੀਲ ਨੂੰ ਸੱਪਾਂ ਦਾ ਦੇਸ਼ ਕਿਹਾ ਜਾਂਦਾ ਹੈ ਵੈਰੀ ਇੰਪੋਰਟੈਂਟ ਹੈ ਬ੍ਰਾਜ਼ੀਲ ਨੂੰ ਸੱਪਾਂ ਦਾ ਦੇਸ਼ ਕਿਹਾ ਜਾਂਦਾ ਹੈ 11 ਨੰਬਰ ਪ੍ਰਸ਼ਨ ਦੋਸਤੋ ਨੀਲ ਨਦੀ ਦਾ ਵਰਦਾਨ ਕੈਨੇਡਾ ਭਾਰਤ ਥਾਈਲੈਂਡ ਜਾਂ ਮਿਸਰ ਨੀਲ ਨਦੀ ਦਾ ਵਰਦਾਨ ਹੈ ਜਿਹੜੇ ਦੇਸ਼ ਨੂੰ ਜੀ ਸੋ ਮਿਸਰ ਹੈਗਾ ਆਪਸ਼ਨ ਨੰਬਰ ਸ ਸਹੀ ਹੈ ਜੀ ਮਿਸਰ ਨੂੰ ਨੀਲ ਨਦੀ ਦਾ ਵਰਦਾਨ ਹੈ ਜਿਹੜਾ ਦੁਨੀਆਂ ਦੀ ਸਭ ਤੋਂ ਲੰਬੀ ਨਦੀ ਜਿਹੜੀ ਨੀਲ ਨਦੀ ਹੈ ਜੀ ਜੇ ਚੌੜੀ ਨਦੀ ਪੁੱਛਿਆ ਜਾਵੇ ਤਾਂ ਅਮਾਜ਼ਨ ਅਮਾਜ਼ਨ ਚੌੜੀ ਨਦੀ ਹੈ ਜੇ ਭਾਰਤ ਦੀ ਲੰਬੀ ਨਦੀ ਪੁੱਛਿਆ ਜਾਵੇ ਤਾਂ ਗੰਗਾ ਹੈ ਦੋਸਤੋ ਦੁਨੀਆ ਦੀ ਲੰਬੀ ਨਦੀ ਨੀਲ ਨਦੀ ਆ 12 ਨੰਬਰ ਪ੍ਰਸ਼ਨ ਦੇਖਦੇ ਆ ਅੱਧੀ ਰਾਤ ਦੇ ਸੂਰਜ ਦਾ ਦੇਸ਼ ਮਿਸਰ ਕੋਰੀਆ ਨਾਰਵੇ ਇੰਗਲੈਂਡ ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਨਾਰਵੇ ਨੂੰ ਅੱਧੀ ਰਾਤ ਦੇ ਸੂਰਜ ਦਾ ਦੇਸ਼ ਮੰਨਿਆ ਜਾਂਦਾ ਸੋ ਅੱਧੀ ਰਾਤ ਤਨੂੰ ਸੂਰਜ ਦੇਖਣ ਲੱਗ ਜਾਂਦਾ ਉੱਥੇ ਸੋ ਐਂ ਹੋਊਗਾ ਐਦਾਂ ਦੀ ਗੱਲ ਆ ਮੇਰੇ ਖਿਆਲ ਚ ਅੱਧੀ ਰਾਤ ਦੇ ਸੂਰਜ ਦਾ ਫਿਰ ਵੀ ਇੱਥੇ ਸਰਚ ਕਰਾਂਗੇ ਆਪਾਂ ਜਾਦਾ ਹੋਰ ਅੱਧੀ ਰਾਤ ਦੇ ਸੂਰਜ ਦਾ ਦੇਸ਼ ਨਾਰਵੇ 13 ਨੰਬਰ ਪ੍ਰਸ਼ਨ ਦੋਸਤੋ ਲਿਲੀ ਦਾ ਦੇਸ਼ ਵੈਰੀ ਇੰਪੋਰਟੈਂਟ ਹੈ ਜੀ ਕਾਫੀ ਵਾਰ ਪੁੱਛਿਆ ਗਿਆ ਪੇਪਰਾਂ ਦੇ ਵਿੱਚ ਨਾਰਵੇ ਕੈਨੇਡਾ ਭਾਰਤ শ্রীলঙ্কা ਸੋ ਕੈਨੇਡਾ ਨੂੰ ਕਿਹਾ ਜਾਂਦਾ ਜੀ ਲਿਲੀ ਦਾ ਦੇਸ਼ 14 ਨੰਬਰ ਪ੍ਰਸ਼ਨ ਦੋਸਤੋ ਵੈਰੀ ਇੰਪੋਰਟੈਂਟ ਹੈ ਹਿੰਦ ਮਹਾਸਾਗਰ ਦਾ ਹੰਝੂ ਇਹ ਪੁੱਛਿਆ ਗਿਆ ਜੀ ਪੇਪਰਾਂ ਦੇ ਵਿੱਚ ਹਿੰਦ ਮਹਾਸਾਗਰ ਦਾ ਹੰਝੂ শ্রীলঙ্কা ਭਾਰਤ ਬੈਲਜੀਅਮ ਤੁਰਕੀ ਸੋ ਇਹ ਹੰਝੂ ਦੇ ਤੌਰ ਤੇ ਆ ਵੀ ਮੰਨ ਲਓ ਇੰਡੀਆ ਹੈਗਾ ਇੰਡੀਆ ਦੇ ਨਾਲ ਇੱਥੇ ਜੇ ਇੱਕ ਹੰਝੂ ਦੀ ਤਰ੍ਹਾਂ ਲੰਕਦਾਗਾ ਦੇਸ਼ ਮਤਲਬ ਲੰਕਦਾ ਨਹੀਂ ਹੈ ਪਰ ਉਹ ਲੱਗਦਾ ਨਕਸ਼ੇ 'ਚ ਸੋ శ్రీਲੰਕਾ ਨੂੰ ਬੋਲਿਆ ਜਾਂਦਾ ਜੀ ਹਿੰਦ ਮਹਾਸਾਗਰ ਦਾ ਹੰਝੂ 15 ਨੰਬਰ ਦੇਖਦੇ ਆਂ ਜੀ ਸੰਗਮਰਮਰ ਦੀ ਭੂਮੀ ਕਿਸ ਦੇਸ਼ ਨੂੰ ਕਿਹਾ ਜਾਂਦਾ ਅਮਰੀਕਾ ਬ੍ਰਾਜ਼ੀਲ ਪਾਕਿਸਤਾਨ ਜਾਂ ਇਟਲੀ ਸੋ ਇਹ ਇਟਲੀ ਨੂੰ ਕਿਹਾ ਜਾਂਦਾ ਜੀ ਸੰਗਮਰਮਰ ਦੀ ਭੂਮੀ ਇਟਲੀ ਨੂੰ ਸੰਗਮਰਮਰ ਦੀ ਭੂਮੀ ਕਿਹਾ ਜਾਂਦਾ ਇੱਥੇ ਸੰਗ ਮਰਮਰ ਹੈ ਜਿਹੜਾ ਉਸ ਉਸ ਕਿਸਮ ਦਾ ਪੱਥਰ ਹੈ ਜਿਹੜਾ ਇਟਲੀ ਦੇ ਵਿੱਚ ਵੱਧ ਮਤਲਬ ਵਰਤੋਂ ਚ ਜਾਂ ਪੈਦਾ ਚ ਹੈ 16 ਨੰਬਰ ਪ੍ਰਸ਼ਨ ਦੋਸਤੋ ਪੂਰਬ ਦਾ ਮੋਤੀ ਕਿਸ ਦੇਸ਼ ਨੂੰ ਮੰਨਿਆ ਜਾਂਦਾ ਹੈ ਪੂਰਬ ਦਿਸ਼ਾ ਦੇ ਵਿੱਚ ਮੂਰਤੀ ਦੀ ਧਰਾ ਮੰਨਿਆ ਜਾਂਦਾ ਮਤਲਬ ਫਿਨਲੈਂਡ ਸ਼੍ਰੀਲੰਕਾ ਇੰਗਲੈਂਡ ਜਾਂ ਸਿੰਗਾਪੁਰੇ ਸਿੰਗਾਪੁਰ ਨੂੰ ਮੰਨਿਆ ਜਾਂਦਾ ਜੀ ਆਪਸ਼ਨ ਨੰਬਰ ਸ ਸਹੀ ਹੈ ਪੂਰਬ ਦਾ ਮੋਤੀ ਮੰਨਿਆ ਜਾਂਦਾ ਹੈ ਸਿੰਗਾਪੁਰ ਨੂੰ 17 ਨੰਬਰ ਪ੍ਰਸ਼ਨ ਦੋਸਤੋ ਪਿਆਸੀ ਭੂਮੀ ਦਾ ਦੇਸ਼ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਪਿਆਸੀ ਭੂਮੀ ਦੇ ਦੇਸ਼ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਨਿਊਜ਼ੀਲੈਂਡ ਨੂੰ ਮਿਸਰ ਭਾਰਤ ਨੂੰ ਜਾਸਟੇ ਨੇ ਸੋ ਆਸਟ੍ਰੇਲੀਆ ਨੂੰ ਕਰਿਆ ਜਾਂਦਾ ਜੀ ਇਹ ਆਸਟ੍ਰੇਲੀਆ ਨੂੰ ਪਿਆਸੀ ਭੂਮੀ ਦਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਨਾ ਉੱਤਰੀ ਅਮਰੀਕਾ ਨੂੰ ਨਵੀਂ ਦੁਨੀਆ ਦਾ ਨਾਮ ਦਿੱਤਾ ਜਾਂਦਾ ਰੈੱਡ ਇੰਡੀਅਨ ਬੋਲਿਆ ਜਾਂਦਾ ਉੱਥੇ ਅਮਰੀਕਾ ਉੱਤਰੀ ਅਮਰੀਕਾ ਦੇ ਲੋਕਾਂ ਨੂੰ ਉੱਤਰੀ ਅਮਰੀਕਾ ਨੂੰ ਜਿਵੇਂ ਰੈੱਡ ਇੰਡੀਅਨ बोला ਜਾਂਦਾ ਇਸੇ ਤਰ੍ਹਾਂ ਆਸਟ੍ਰੇਲੀਆ ਨੂੰ ਪਿਆਸੀ ਭੂਮੀ ਦਾ ਜਿਹੜਾ ਨਾਮ ਦਿੱਤਾ ਜਾਂਦਾ ਹੈ 18 ਨੰਬਰ ਪ੍ਰਸ਼ਨ ਦੀ ਹਜ਼ਾਰਾਂ ਝੀਲਾਂ ਦੀ ਭੂਮੀ ਫਿਨਲੈਂਡ ਫਿਨਲੈਂਡ ਦੋ ਵਾਰੀ ਲਿਖਿਆ ਗਿਆ ਸੋ ਉੱਤਰ ਵੀ ਇਹੀ ਹੈ ਫਿਨਲੈਂਡ ਇਹ ਦੋਨੇ ਗਰੇਸ ਵਾਲਾ ਪ੍ਰਸ਼ਨ ਹੋ ਗਿਆ ਹਜ਼ਾਰਾਂ ਝੀਲਾਂ ਨਗੀਆਂ ਜਿੱਥੇ ਹਜ਼ਾਰਾਂ ਝੀਲਾਂ ਦੀ ਭੂਮੀ ਕਿ ਬੋਲਿਆ ਜਾਂਦਾ ਫਿਨਲੈਂਡ 19 ਨੰਬਰ ਪ੍ਰਸ਼ਨ ਦੋਸਤੋ ਯੂਰਪ ਦਾ ਅਖਾੜਾ ਨਿਊਜ਼ੀਲੈਂਡ ਮਿਸਰ ਵੈਲਜੀਅਮ ਆਸਟ੍ਰੇਲੀਆ ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਵੈਲਜੀਅਮ ਯੂਰਪ ਦਾ ਅਖਾੜਾ ਬੈਲਜੀਅਮ ਨੂੰ ਬੋਲਿਆ ਜਾਂਦਾ ਯੂਰਪ ਦਾ ਅਖਾੜਾ ਪਹਿਲਾਂ ਆਪਾਂ ਯੂਰਪ ਦਾ ਖੇਡ ਦਾ ਮੈਦਾਨ ਪੜਿਆ ਸੀਗਾ ਸਵਿਟਜ਼ਰਲੈਂਡ ਇੱਥੇ ਪੜ ਰਹੇ ਹਾਂ ਯੂਰਪ ਦਾ ਅਖਾੜਾ ਬੈਲਜੀਅਮ ਬੀ ਨੰਬਰ ਪ੍ਰਸ਼ਨ ਦੋਸਤੋ ਹਿੰਦ ਮਹਾਸાગਰ ਦਾ ਹੰਝੂ ਮੇਰੇ ਖਿਆਲ ਚ ਇਹ ਪਹਿਲਾ ਪ੍ਰਸ਼ਨ ਆਪਾਂ ਕਰ ਚੁੱਕੇ ਆ ਸੋ ਅੱਜ ਦਾ ਆਖਰੀ ਪ੍ਰਸ਼ਨ ਹੈ ਹਿੰਦ ਹਿੰਦ ਮਹਾਸાગਰ ਦਾ ਹੰਝੂ শ্রীলੰਕਾ ਸੀ ਜੀ ਸੋ ਦੋਸਤੋ ਇਹ ਸਨ ਮਤਲਬ ਵੱਖ-ਵੱਖ ਦੇਸ਼ਾਂ ਨੂੰ ਕਿਹੜੇ ਨਾਂ ਨਾਲ ਪੁਕਾਰਿਆ ਜਾਂਦਾ ਜਾਂ ਪਛਾਣ ਹੈਗੀ ਜਾਂ ਕਿਹੜੀਆਂ ਚੀਜ਼ਾਂ ਦੀ ਉੱਥੇ ਮਹੱਤਵਪੂਰਨ ਮਤਲਬ ਉਹਨਾਂ ਨੂੰ ਮੰਨਿਆ ਜਾਂਦਾ ਸੋ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਇੱਕ ਤੋਂ ਦੋ ਵਾਰ ਦੇਖਿਓ ਤਾਂ ਜੋ ਵੱਖ-ਵੱਖ ਦੇਸ਼ਾਂ ਨਾਲ ਸੰਬੰਧਤ ਇੰਪੋਰਟੈਂਟ ਜਿਹੜੀਆਂ ਇਹ ਗੱਲਾਂ ਨੇ ਤੁਹਾਨੂੰ ਪਤਾ ਲੱਗ ਜਾਣ ਸੋ ਵੀਡੀਓ ਦੇ ਵਿੱਚੋਂ ਜਿੰਨੇ ਵੀ ਪ੍ਰਸ਼ਨ ਆਪਾਂ ਤੁਹਾਨੂੰ ਕਰਵਾਏ ਨੇ ਲਗਭਗ ਹਰ ਇੱਕ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਕੋਈ ਪ੍ਰਸ਼ਨ ਇਹਨਾਂ ਚ ਪੁੱਛਿਆ ਗਿਆ ਸੋ ਜਿਵੇਂ ਖੰਡ ਦਾ ਕਟੋਰਾ ਕਿਊਬਾ ਇਹ ਤਾਂ ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆਗਾ ਖੰਡ ਦਾ ਕਟੋਰਾ ਕਿਊਬਾਗਾ ਇੱਕ ਦੋ ਪ੍ਰਸ਼ਨ ਹੋਰ ਨੇ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਨਾ ਤੁਹਾਡੀ ਇੱਛਾ ਮੇਰੀ ਬੇਨਤੀ ਹੈ ਸ਼ੇਅਰ ਜ਼ਰੂਰ ਕਰਦੇ ਹੋ ਸੋ ਜੇ ਕਿਸੇ ਨੇ ਆਪਣੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਹੋਵੇ ਜਿਵੇਂ ਅੰਗਣਵਾੜੀ ਸੁਪਰਵਾਈਜ਼ਰ ਦਾ WhatsApp ਗਰੁੱਪ ਚੱਲਦਾ ਹੈ ਐਂਟੀਟੀ 8393 ਦਾ WhatsApp ਗਰੁੱਪ ਚੱਲਦਾ ਹੈ ਪੰਜਾਬ ਪੁਲਿਸ ਵਾਲੇ ਜੇਲ੍ਹ ਵਾਰਡਨ ਵਾਲੇ ਇਹਨਾਂ ਕੈਂਡੀਡੇਟ ਦਾ ਗਰੁੱਪ ਇਕੱਠਾ ਹੀ ਚੱਲਦਾਗਾ ਸੋ ਪੀਐਸ ਟੈਟ ਦੇ ਵਾਸਤੇ ਵੀ ਗਰੁੱਪ ਬਣਾ ਰਹੇ ਆ ਸੋ ਆਪਣਾ ਨੰਬਰ ਹੈ ਦੋਸਤੋ 88 474 77007 ਸੋ ਇਸ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਨਾਮ ਲਿਖ ਕੇ ਸ਼ਹਿਰ ਦਾ ਨਾਮ ਲਿਖ ਕੇ ਤੇ ਪੋਸਟ ਦਾ ਨਾਮ ਬਿਲਕੁਲ ਲਿਖਣਾਗਾ ਭੁੱਲਣਾ ਨਹੀਂ ਤੇ ਤੁਹਾਨੂੰ ਇੱਕ WhatsApp ਗਰੁੱਪ ਦਾ ਲਿੰਕ ਭੇਜਿਆ ਜਾਊਗਾ ਸਬੰਧਤ ਪੋਸਟ ਦੇ ਨਾਮ ਦੇ ਨਾਲ ਸਬੰਧਤ ਤੁਸੀਂ ਉਹਨੂੰ ਜੁਆਇਨ ਕਰ ਲੈਣਾ ਤੇ ਉਸ WhatsApp ਗਰੁੱਪ ਦੇ ਲਿੰਕ ਨੂੰ ਅੱਗੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰ ਦੇਣਾ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ